ਦਾ ਭੇਤ ਨਹੀਂ ਆਉਂਦਾ, ਨਾ ਤਾਂ ਸਾਨੂੰ ਸਿਮਰਨ ਕਰਨਾ ਆਵੇ, ਨਾ ਸਾਨੂੰ ਸਾਡੇ ਨਿਜ ਮਹਿਲ ਦਾ ਗਿਆਨ ਆਵੇ, ਨਾ ਹੀ ਸ਼ਬਦ ਦਾ ਗਿਆਨ ਆਵੇ, ਨਾ ਹੀ ਸਤਿਗੁਰ ਦਾ ਗਿਆਨ ਆਵੇ। ਮਹਾਰਾਜ ਕਹਿੰਦੇ ਇਸੇ ਕਰਕੇ ਜਦੋਂ ਤੁਸੀਂ ਸਤਿਗੁਰ ਦੀ ਸ਼ਰਨ ਵਿੱਚ ਆਉਣਾ, ਸਤਿਗੁਰ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਜੋ ਸਾਨੂੰ ਗਿਆਨ ਦਿੱਤਾ ਜਾ ਰਿਹਾ, ਜਦੋਂ ਆਪਾਂ ਧਿਆਨ ਦੁਆਰਾ ਉਹਨਾਂ ਦੇ ਬਚਨਾਂ ਨੂੰ ਸੁਣਾਂਗੇ, ਸਾਨੂੰ ਸੁੱਖ ਮਿਲੇਗਾ, ਆਨੰਦ ਮਿਲੇਗਾ। ਸਾਨੂੰ ਉਹ ਸਤਿਗੁਰ ਦਾ ਭੇਤ ਆਏਗਾ ਜਿਸ ਦੀ ਪ੍ਰਥਾਏ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਰਿਹਾ ਸਮਾਏ। ਜਿਹਦੇ ਕੋਲ ਸਾਰੇ ਹੀ ਫਲ ਨੇ, ਜਿਹਨੂੰ ਮਿਲਣ ਦੇ ਨਾਲ ਸਾਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਨ੍ਹਾਂ ਦੇ ਪ੍ਰਥਾਏ ਪਾਤਸ਼ਾਹ ਸਮਝਾਉਂਦੇ ਗੁਰ ਬਚਨੀ ਸੁੱਖ ਉਪਜੈ ਭਾਈ। ਗੁਰੂ ਦੇ ਬਚਨਾਂ ਦੁਆਰਾ ਜਦੋਂ ਧਿਆਨ ਨਾਲ ਸੁਣੋਗੇ ਤਾਂ ਸਾਰੇ ਸੁੱਖ ਹੀ ਤੁਹਾਨੂੰ ਪ੍ਰਾਪਤ ਹੋ ਜਾਣੇ ਨੇ, ਸਭ ਫਲ ਸਤਿਗੁਰ ਪਾਸ। ਤੇ ਸਾਰੇ ਹੀ ਜਿਹੜੇ ਫਲ ਨੇ, ਸਾਰੇ ਹੀ ਪਦਾਰਥ ਨੇ, ਸਾਰੇ ਹੀ ਖਜ਼ਾਨੇ ਉਹ ਸਤਿਗੁਰ ਦੇ ਕੋਲ ਨੇ। ਪਾਤਸ਼ਾਹ ਸਮਝਾਉਂਦੇ ਉਹਦੀ ਪ੍ਰਾਪਤੀ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਆ, ਫਿਰ ਸਾਨੂੰ ਜੀਵਨ ਦੀ ਜਾਚ ਸਮਝਾ ਰਹੇ ਨੇ। ਕਹਿੰਦੇ ਮੇਰਾ ਤੇਰਾ ਛੋੜੀਐ ਭਾਈ, ਹੋਈ ਹੈ ਸਭ ਕੀ ਤੂਰ, ਆਪਣੇ ਅੰਦਰੋਂ ਤੇਰ ਮੇਰ ਖਤਮ ਕਰ ਦਿਓ। ਪਾਤਸ਼ਾਹ ਕਹਿੰਦੇ ਇਹ ਤੇਰ ਮੇਰ ਕਰਕੇ ਹੀ ਤੁਸੀਂ ਫਸੇ ਹੋਏ ਜੇ, ਵੀ ਆਹ ਚੀਜ਼ ਮੇਰੀ ਆ, ਅਫਗਾਨੀ ਆ, ਇਹਦੇ ਕਰਕੇ ਦੁਬਧਾ ਦੁਆ ਸਾਡੇ ਮਨ ਵਿੱਚ ਆ ਜਾਂਦੀ ਹੈ। ਮਹਾਰਾਜ ਕਹਿੰਦੇ ਇਸ ਅਵਸਥਾ ਵਿੱਚ ਆਪਣੇ ਮਨ ਨੂੰ ਲੈ ਜਾਓ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਦੋਂ ਤੁਸੀਂ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਲੈ ਕੇ ਚੱਲੋਗੇ, ਫਿਰ ਤੁਸੀਂ ਉਸ ਮਾਲਕ ਨਿਰੰਕਾਰ ਦੇ ਮਾਰਗ 'ਤੇ ਚੱਲਦੇ ਜੇ। ਜਿਹੜਾ ਮਾਲਕ ਨਿਰੰਕਾਰ ਸਾਰਿਆਂ ਦੇ ਅੰਦਰ ਹੀ ਵੱਸ ਰਿਹਾ, ਘੱਟ ਘੱਟ ਦੇ ਅੰਦਰ ਵੱਸ ਰਿਹਾ ਆ, ਸਾਰਿਆਂ ਨੂੰ ਦੇਖ ਰਿਹਾ, ਸਾਰਿਆਂ ਨੂੰ ਸੁਣ ਰਿਹਾ ਤੇ ਸਾਡੇ ਸਾਰਿਆਂ ਦੇ ਨੇੜੇ ਆ, ਜਿਹਦੀ ਪ੍ਰਥਾਏ ਪੰਜਮ ਪਾਤਸ਼ਾਹ ਦੱਸ ਰਹੇ ਨੇ ਘੱਟ ਘੱਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ। ਇਹ ਸਾ ਉਹ ਦੇਖਦਾ ਵੀ ਆ, ਸੁਣਦਾ ਵੀ ਆ, ਸਾਰਿਆਂ ਦੇ ਨੇੜੇ ਵੀ ਆ। ਤਾਂ ਹੀ ਵਾਰ ਵਾਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ, ਕਹਿੰਦੇ ਨੇੜੇ ਨਾ ਹੀ ਦੂਰ, ਨਿਜ ਆਤਮੇ ਰਿਹਾ ਭਰਪੂਰ। ਉਹ ਨੇੜੇ ਦਾ ਭੇਤ ਆਪਾਂ ਲੈਣਾ, ਲੇਕਿਨ ਪਾਤਸ਼ਾਹ ਕਹਿੰਦੇ ਆ ਦੇਖੋ ਇਹਨਾਂ ਨੇੜੇ ਹੋਣ ਦੇ ਬਾਵਜੂਦ ਵੀ ਜੇ ਸਾਨੂੰ ਵਿਸਰ ਜਾਂਦਾ ਆ, ਤੇ ਮਹਾਰਾਜ ਸਾਨੂੰ ਸਮਝਾਉਂਦੇ ਆ ਜਦੋਂ ਵੀ ਸਾਨੂੰ ਮਾਲਕ ਨਿਰੰਕਾਰ ਵਿਸਰ ਜਾਂਦਾ ਆ ਤੇ ਸਮਝ ਲਓ ਸਾਨੂੰ ਝੋਰਾ ਸ਼ੁਰੂ ਹੋ ਜਾਂਦਾ ਆ। ਸਾਡਾ ਇਹ ਸੰਸਾਰ ਦੇ ਵਿੱਚ ਜੀਵਨ ਨਹੀਂ, ਪਾਤਸ਼ਾਹ ਕਹਿੰਦੇ ਮ੍ਰਿਤਕ ਹੋ ਜਾਂਦੇ ਆ ਆਪਾਂ, ਜਿਹਦੀ ਪ੍ਰਥਾਏ ਪਾਤਸ਼ਾਹ ਸਮਝਾਉਂਦੇ ਨੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਜਿਸ ਦਿਨ ਵੀ ਉਹ ਵਿਸਰ ਜਾਂਦਾ ਆ ਉਸ ਦਿਨ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜੀਵ ਨੂੰ ਝੋਰਾ ਸ਼ੁਰੂ ਹੋ ਜਾਂਦਾ ਆ, ਜੀਵ ਮ੍ਰਿਤਕ ਹੋ ਜਾਂਦਾ ਆ। ਤਾਂ ਹੀ ਆਪਾਂ ਨੂੰ ਕਹਿੰਦੇ ਮਾਨਸ ਜਨਮ ਮਿਲਿਆ, ਤੇ ਇਹਦੇ ਵਿੱਚ ਆ ਕੇ ਜੇ ਤੁਸੀਂ ਆਪਣੇ ਮੂਲ ਦਾ ਹੀ ਭੇਤ ਨਹੀਂ ਲੈਂਦੇ, ਸਤਿਗੁਰ ਦਾ ਹੀ ਭੇਤ ਨਹੀਂ ਲੈਂਦੇ, ਸ਼ਬਦ ਵਿਚਾਰ ਹੀ ਨਹੀਂ ਕਰਦੇ, ਉਸ ਨਾਮ ਦੀ ਵਿਚਾਰ ਹੀ ਨਹੀਂ ਕਰਦੇ ਜਿਸ ਨੇ ਸਾਨੂੰ ਮਾਣ ਦਿਵਾਉਣਾ ਹੈ, ਜਿਸ ਨੇ ਸਾਨੂੰ ਜਨਮ ਮਰਨ ਤੋਂ ਰਹਿਤ ਕਰਨਾ। ਤੇ ਪਾਤਸ਼ਾਹ ਉਸ ਮਨ ਦੀ ਅਵਸਥਾ ਦੱਸ ਰਹੇ ਨੇ, ਉਸ ਜੀਵ ਦੀ ਅਵਸਥਾ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਪਾਤਸ਼ਾਹ ਕਹਿੰਦੇ ਆ ਜਿਹੜੇ ਦਿਨ ਵੀ ਸਾਨੂੰ ਵਿਸਰ ਜਾਂਦਾ ਸਮਝ ਲਓ ਅਸੀਂ ਮ੍ਰਿਤਕ ਹੋ ਜਾਂਦੇ ਹਾਂ, ਸਾਨੂੰ ਝੋਰਾ ਸ਼ੁਰੂ ਹੋ ਜਾਂਦਾ। ਕਰਨ ਕਾਰਨ ਸਮਰਥੋ ਭਾਈ ਸਰਬ ਕਲਾ ਭਰਪੂਰ। ਪਾਤਸ਼ਾਹ ਕਹਿੰਦੇ ਆ ਉਹ ਮਾਲਕ ਨਿਰੰਕਾਰ ਜਿਹੜਾ ਆਪ ਮਾਲਕ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰੀ ਤਾਕਤ ਉਸ ਮਾਲਕ ਨਿਰੰਕਾਰ ਦੇ ਕੋਲ ਹੈ, ਸਾਰੀਆਂ ਕਲਾ ਉਹਦੇ ਕੋਲ ਹਨ। ਤੇ ਮਹਾਰਾਜ ਸਾਨੂੰ ਸਮਝਾਉਂਦੇ ਆ ਉਸ ਮਾਲਕ ਨਿਰੰਕਾਰ ਦਾ ਅਸੀਂ ਭੇਤ ਲੈਣਾ ਆ। ਮਹਾਰਾਜ ਕਹਿੰਦੇ ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਹੁਣ ਉਹ ਜੋ ਨਾਮ ਹੈ ਜਿਸ ਨੇ ਮਾਇਆ ਤੋਂ ਸਾਡੇ ਮਨ ਨੂੰ ਰਹਿਤ ਕਰਨਾ ਹੈ, ਮਾਇਆ ਨੂੰ ਖਤਮ ਕਰਨਾ ਹੈ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਉਹ ਪਿਆਰ ਪੈ ਗਿਆ ਨਾਮ ਦਾ,
जिस दा नाम नाल प्यार पै गया वह माया तो रहत हो जाता है, वह सुखी हो जाता है, क्योंकि माया दे विच सारा दुख है। तिस भावै तां मेल लए भाई हिरदै नाम निवास, जिस दे मालिक निरंकार खुश हो जाता है, जिस ते वह कृपा कर दिंदा है, जिस जिहड़ा भी जीव उस मालिक निरंकार नूं पा जाता है, पातशाह कहिंदे उहदे हिरदे विच वह नाम निवास कर जाता है, नाम उहदे हिरदे विच वस जाता है। महाराज कहिंदे गुरमुख कमल प्रगासी है, भाई हिरदै होवै प्रगास। जिहड़ा गुरु की मत अनुसार चलता है, पातशाह कहिंदे आ उहदे अंदर खुशियां ही खुशियां ने, उहदे अंदर प्रकाश ही प्रकाश आ, वह मालिक निरंकार दे सदा नेड़े रहिंदा आ। पातशाह कहिंदे प्रगट पया प्रताप प्र भाई मौलिया धरते आकाश, उस मालिक निरंकार दा ਇਹ ਸਾਰਾ ਇਹ ਪ੍ਰਤਾਪ ਹੈ, ਜਿਸ ਦੁਆਰਾ ਇਹ ਸਾਰਾ ਧਰਤੀ ਆਕਾਸ਼ ਇਹ ਸਾਰਾ ਸੰਸਾਰ ਇਹ ਖਿੜਿਆ ਹੋਇਆ ਆ, ਇਹ ਉਸਨੇ ਪ੍ਰਗਟ ਕੀਤਾ ਹੋਇਆ ਹੈ। ਤੇ ਮਹਾਰਾਜ ਸਾਨੂੰ ਸਮਝਾਉਂਦੇ ਇਹ ਮਾਇਆ ਦੀ ਜਿਹੜੀ ਤ੍ਰਿਸ਼ਨਾ ਆ, ਜਿਸ ਕਰਕੇ ਅਸੀਂ ਸਾਰਾ ਭੁੱਲ ਚੁੱਕੇ ਹਾਂ, ਜਿਸ ਕਰਕੇ ਸਾਨੂੰ ਇਹ ਗਿਆਨ ਹੀ ਨਹੀਂ ਕਿ ਸਾਨੂੰ ਮਾਨਸ ਜਨਮ ਕਿਉਂ ਪ੍ਰਾਪਤ ਹੋਇਆ, ਇਹ ਸੰਸਾਰ ਦੇ ਵਿੱਚ ਆ ਕੇ ਮਾਇਆ ਦੇ ਵਿੱਚ ਆ ਕੇ ਸਾਨੂੰ ਸੰਤੋਖ ਹੀ ਨਹੀਂ ਹੈ, ਨਾ ਸੰਤੋਖ ਹੋਣ ਕਰਕੇ, ਤ੍ਰਿਸ਼ਨਾਵਾਂ ਵਿੱਚ ਹੋਣ ਕਰਕੇ ਮਾਲਕ ਨਿਰੰਕਾਰ ਦੇ ਪਿਆਰ ਤੋਂ ਅਸੀਂ ਸੱਖਣੇ ਹੋ ਚੁੱਕੇ ਹਾਂ। ਹੁਣ ਜੇ ਅਸੀਂ ਸੁੱਖ ਲੈਣਾ ਚਾਹੁੰਦੇ ਹਾਂ, ਫਿਰ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਸਾਨੂੰ ਜਾਣਾ ਪੈਂਦਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰ ਪੂਰਾ ਸੰਤੋਖਿਆ ਭਾਈ ਐਨ ਸਲਾਗਾ ਪਾਓ। ਜਦੋਂ ਪੂਰਨ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਉਹ ਸ਼ਬਦ ਦੀ ਸ਼ਰਨ ਵਿੱਚ ਚਲੇ ਗਏ, ਨਾਮ ਦੀ ਸ਼ਰਨ ਵਿੱਚ ਚਲੇ ਗਏ, ਤੇ ਪਾਤਸ਼ਾਹ ਕਹਿੰਦੇ ਆ ਰਾਤ ਦਿਨ ਫਿਰ ਸਾਡਾ ਇਹ ਮਨ ਜਿਹੜਾ ਆ ਨਾ, ਇਹ ਉਹਦੇ ਪਿਆਰ ਦੇ ਵਿੱਚ ਰੰਗਿਆ ਰਹਿੰਦਾ ਆ। ਜਿੰਨਾ ਚਿਰ ਸਾਨੂੰ ਸੰਤੋਖ ਨਹੀਂ, ਪਾਤਸ਼ਾਹ ਕਹਿੰਦੇ ਨਾ ਮਨ ਨੂੰ ਸੰਤੋਖ ਹੈ, ਨਾ ਇਹਨਾਂ ਨੇਤਰਾਂ ਨੂੰ ਸੰਤੋਖ ਹੈ। ਜਿਹਦੀ ਪ੍ਰਥਾ ਇਹ ਪਾਤਸ਼ਾਹ ਕਹਿੰਦੇ ਆ, ਹੁਣ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਜਦੋਂ ਮਾਲਕ ਨੂੰ ਦੇਖਦੇ ਹਾਂ ਫਿਰ ਨੇਤਰਾਂ ਨੂੰ ਸੰਤੋਖ ਆਉਂਦਾ, ਮਨ ਮਾਲਕ ਨਿਰੰਕਾਰ ਦੇ ਸ਼ਰਨ ਵਿੱਚ ਆ ਜਾਂਦਾ, ਮਨ ਨੂੰ ਸੰਤੋਖ ਆਉਂਦਾ। ਜਿਹਨੂੰ ਪਾਤਸ਼ਾਹ ਕਹਿੰਦੇ ਅੱਖੀ ਸੰਤੋਖੀਆਂ ਇੱਕ ਲਿਵ ਲਾਏ, ਮਨ ਸੰਤੋਖ ਹੈ ਦੂਜਾ ਭਾਉ ਗਵਾਏ। ਜਿੰਨਾ ਚਿਰ ਮਾਇਆ ਦਾ ਪਿਆਰ ਨਹੀਂ ਨਾ, ਉਹਨਾਂ ਚਿਰ ਸੰਤੋਖ ਨਹੀਂ ਇਸ ਨੂੰ, ਮਾਇਆ ਵਿੱਚ ਰਾਜ ਨਹੀਂ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਗੁਰ ਪੂਰਾ ਸੰਤੋਖਿਆ ਭਾਈ ਐਨ ਸਲਾਗਾ ਪਾਓ। ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਗੁਰੂ ਨੇ ਸਾਨੂੰ ਸਾਰਾ ਗਿਆਨ ਦੇ ਦਿੱਤਾ, ਸਾਰੀ ਸੋਝੀ ਦੇ ਦਿੱਤੀ ਆ, ਸ਼ਬਦ ਦਾ ਭੇਤ ਆ ਗਿਆ, ਤੇ ਸ਼ਬਦ ਨਾਲ ਮਿਲ ਕੇ ਹੀ ਸਾਨੂੰ ਸੰਤੋਖ ਆਉਣਾ ਆ, ਨਾਮ ਨਾਲ ਮਿਲ ਕੇ ਹੀ ਸਾਨੂੰ ਸੰਤੋਖ ਆਉਣਾ ਆ। ਤੇ ਜਦੋਂ ਸੰਤੋਖ ਆ ਜਾਂਦਾ ਤੇ ਪਾਤਸ਼ਾਹ ਕਹਿੰਦੇ ਆ ਫਿਰ ਮਾਲਕ ਨਿਰੰਕਾਰ ਦੇ ਨਾਲ ਸਾਡਾ ਪਿਆਰ ਪੈ ਜਾਂਦਾ ਆ। ਹੁਣ ਕਿਵੇਂ ਪਿਆਰ ਪਵੇ ਸਾਡਾ, ਕਿਵੇਂ ਅਸੀਂ ਇਸ ਜੀਵਨ ਦਾ ਲਾਹਾ ਲਈਏ, ਉਹ ਫਿਰ ਸਾਨੂੰ ਦੱਸ ਰਹੇ ਨੇ। ਕਹਿੰਦੇ ਰਸਨਾ ਰਾਮ ਰਵੈ ਸਦਾ ਭਾਈ, ਇਹ ਰਸਨਾ ਦੁਆਰਾ ਜਿਹੜੇ ਗੁਰਮੁਖਾਂ ਨੂੰ ਸੰਤੋਖ ਆ ਜਾਂਦਾ ਆ, ਉਹ ਲਗਾਤਾਰ ਫਿਰ ਇਹ ਰਸਨਾ ਦੁਆਰਾ ਉਸ ਮਾਲਕ ਨਿਰੰਕਾਰ ਦਾ ਸਿਮਰਨ ਕਰਦੇ ਰਹਿੰਦੇ ਨੇ, ਉਸ ਮਾਲਕ ਨਿਰੰਕਾਰ ਦੇ ਨਾਲ ਅਭੇਦ ਰਹਿੰਦੇ ਨੇ। ਉਹ ਸਦਾ ਜਿਹੜਾ ਮਾਲਕ ਨਿਰੰਕਾਰ ਦਾ ਜਿਹੜਾ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਮਨੋਰਥ ਉਹਨਾਂ ਦਾ ਪੂਰਨ ਹੋ ਜਾਂਦਾ, ਮਾਲਕ ਨਿਰੰਕਾਰ ਨਾਲ ਮਿਲਾਪ ਹੋ ਜਾਂਦਾ ਆ। ਅਸਲੀ ਸਵਾਦ ਜੀਵਨ ਦਾ ਜਿਹੜਾ ਸਾਨੂੰ ਉਦੋਂ ਆਉਂਦਾ ਆ, ਇਹ ਰਸਨਾ ਦੁਆਰਾ ਸਿਮਰਨ ਕਰਨ ਦੇ ਨਾਲ ਹੀ ਸਾਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਆ, ਉਹ ਸਵਾਦ ਦਾ ਸਾਨੂੰ ਭੇਤ ਆਉਂਦਾ, ਜਿਹਨੂੰ ਪਾਤਸ਼ਾਹ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਗੁਰਮੰਤਰ ਦ੍ਰਿੜਾਏ ਰਸਕ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ। ਜਦੋਂ ਹੁਣ ਮਾਲਕ ਨਿਰੰਕਾਰ ਦੀ ਉਸਤਤ ਕਰਾਂਗੇ, ਸਾਨੂੰ ਸਵਾਦ ਆਏਗਾ, ਆਨੰਦ ਆਏਗਾ, ਮਨ ਦੀ ਖੁਰਾਕ ਮਿਲੇਗੀ। ਜਦੋਂ ਅਸੀਂ ਰਸਨਾ ਦੁਆਰਾ ਸਿਮਰਨ ਕਰਾਂਗੇ, ਮਨ ਵਿਚਾਰਾਂ ਤੋਂ ਰਹਿਤ ਹੋ ਜਾਏਗਾ। ਤੇ ਪਾਤਸ਼ਾਹ ਕਹਿੰਦੇ ਜਿਹਨਾਂ ਦਾ ਮਨ ਵਿਚਾਰਾਂ ਤੋਂ ਰਹਿਤ ਹੋ ਗਿਆ, ਉਹਨਾਂ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲਿਆ, ਉਹਨਾਂ ਸਾਨੂੰ ਗਿਆਨ ਦਿੱਤਾ, ਉਹਨਾਂ ਸਾਨੂੰ ਸੋਝੀ ਦਿੱਤੀ ਹੈ।
ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਉਹਨਾਂ ਸਵਾਦ ਚੱਖ ਲਿਆ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਕੇ। ਫਿਰ ਪਾਤਸ਼ਾਹ ਕਹਿੰਦੇ ਆ ਇੱਕ ਰਸਨਾ ਦੁਆਰਾ ਸਿਮਰਨ ਕਰਦਿਆਂ ਹੋਇਆ, ਫਿਰ ਕਹਿੰਦੇ ਕੰਨਾਂ ਦੁਆਰਾ ਤੁਸੀਂ ਸੁਣਨਾ ਆ, ਸੁਣਨਾ ਕਿਹਨੂੰ, ਉਸ ਮਾਲਕ ਨਿਰੰਕਾਰ ਦੀ ਆਵਾਜ਼ ਨੂੰ, ਉਹਨਾਂ ਵੱਲੋਂ ਕੀਤੇ ਜਾ ਰਹੇ ਕੀਰਤਨ ਨੂੰ, ਉਹਨਾਂ ਵੱਲੋਂ ਕੀਤੀ ਜਾ ਰਹੀ ਕਥਾ ਨੂੰ, ਜਿਸ ਨੂੰ ਗੁਰਬਾਣੀ ਦੇ ਵਿੱਚ ਨਾਮ ਕਿਹਾ। ਜਿਹੜਾ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ, ਇਹ ਗੁਰਮੁਖਾਂ ਦੇ ਮਨ ਦੀ ਅਵਸਥਾ ਹੈ। ਜਿਹੜੇ ਪਾਤਸ਼ਾਹ ਸਮਝਾਉਂਦੇ ਕਹਿੰਦੇ ਰਸਨਾ ਰਾਮ ਰਵੇ ਸਦਾ ਭਾਈ, ਸਾਚਾ ਸਾਧ ਸਵਾਓ, ਅਸਲੀ ਸਵਾਦ ਸਾਨੂੰ ਮਿਲਦਾ ਜੇ, ਕਰਨੀ ਸੁਣ ਸੁਣ ਜੀਵਿਆ ਭਾਈ, ਨਿਹਚਲ ਪਾਇਆ ਥਾ ਉਹ ਗੁਰਮੁਖ। ਫਿਰ ਉਸ ਮਾਲਕ ਨਿਰੰਕਾਰ ਦੇ ਕੀਰਤਨ ਨੂੰ ਸੁਣਦਿਆਂ ਹੋਇਆਂ, ਉਸਦੀ ਕਥਾ ਨੂੰ ਸੁਣਦਿਆਂ ਹੋਇਆਂ ਸਦੀਵੀ ਜੀਵਤ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਇਸ ਜਿਹੜਾ ਉਦੋਂ ਸਮਝਦੇ ਨੇ ਜਦੋਂ ਮਾਲਕ ਨਿਰੰਕਾਰ ਦੀ ਆਵਾਜ਼ ਨੂੰ ਸੁਣਦੇ ਨੇ। ਅਤੇ ਪਾਤਸ਼ਾਹ ਕਹਿੰਦੇ ਇਹ ਸ਼ਬਦ ਦੁਆਰਾ ਇਹ ਸੁਣ ਸੁਣ ਕੇ ਨਿਚਲ ਅਸਥਾਨ ਸਾਨੂੰ ਪ੍ਰਾਪਤ ਹੋ ਜਾਂਦਾ, ਸਾਡਾ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਹੋ ਜਾਂਦਾ, ਦਰਗਾਹ ਵਿੱਚ ਆਉਣਾ ਜਾਣਾ ਹੋ ਜਾਂਦਾ। ਅਤੇ ਜਿਹਨੂੰ ਪਾਤਸ਼ਾਹ ਕਹਿੰਦੇ ਨਾ ਸਤਿਗੁਰ ਦੀ ਪ੍ਰਤੀਤ ਆਈ ਹੈ, ਨਾ ਦੇਖਿਆ, ਦੇਖਦਿਆਂ ਹੋਇਆਂ ਵੀ ਨਹੀਂ ਪ੍ਰਤੀਤ ਆਉਂਦੀ, ਮਾਲਕ ਨਿਰੰਕਾਰ ਆਵਾਜ਼ ਦੇ ਰਿਹਾ ਉਹਨੂੰ ਪ੍ਰਤੀਤ ਨਹੀਂ। ਪਾਤਸ਼ਾਹ ਕਹਿੰਦੇ ਆ ਉਹ ਜਿਹੜਾ ਜੀਵ ਨਾ ਉਹ ਵਿਕਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਇਹ ਆਪਣਾ ਜੀਵਨ ਜਿਹੜਾ ਇਹ ਖਰਾਬ ਕਰਕੇ ਸੰਸਾਰ ਦੇ ਵਿੱਚ ਚਲਾ ਜਾਂਦਾ ਹੈ, ਵੀ ਐਸੇ ਜੀਵਨ ਦੀ ਸਾਨੂੰ ਲੋੜ ਨਹੀਂ ਜਿਹਨੂੰ ਪ੍ਰਤੀਤ ਹੀ ਨਹੀਂ। ਪਾਤਸ਼ਾਹ ਕਹਿੰਦੇ ਐਸੇ ਜੀਵਨ ਤਾਂ ਸਗੋਂ ਜਲ ਬਲ ਜਾਏ ਵਿਅਰਥ ਹੈ, ਜਿਹੜਾ ਕਿਸੇ ਕੰਮ ਨਹੀਂ ਸਾਡੇ। ਜਿਹਦੀ ਪ੍ਰਥਾਏ ਪਾਤਸ਼ਾਹ ਕਹਿੰਦੇ ਜਿਸ ਪ੍ਰਤੀਤ ਨਾ ਆਵੇ ਭਾਈ ਸੋ ਜੀਅੜਾ ਜਲ ਜਾਓ। ਹੁਣ ਮਾਰੇ ਸਮਝਾਉਂਦੇ ਨੇ ਕਹਿੰਦੇ ਬਹੁ ਗੁਣ ਮੇਰੇ ਸਾਹਿਬੈ ਭਾਈ ਆਓ ਤੇ ਸਕੈ ਬਲ ਜਾਓ। ਉਹਦੇ ਗੁਣ ਹੀ ਬੇਅੰਤ ਨੇ ਜਿਹੜੇ ਕਥਨੀ ਕਰਨੀ ਤੋਂ ਬਾਹਰ ਨੇ। ਐਸੇ ਸਾਹਿਬ ਦੇ ਮੈਂ ਬਲਿਹਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਹਦੇ ਵਿੱਚ ਗੁਣ ਹੀ ਗੁਣ ਨੇ, ਬੇਅੰਤ ਗੁਣਾਂ ਦਾ ਮਾਲਕ ਜੋ ਹੈ ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਥਾਵੇਂ ਥਾ ਉਹ, ਜਿਹਦੇ ਵਿੱਚ ਕੋਈ ਗੁਣ ਵੀ ਨਹੀਂ, ਗੁਣਾਂ ਤੋਂ ਹੀਣਾ ਜਿਹੜਾ ਉਹ ਮਾਲਕ ਨਿਰੰਕਾਰ ਦਾ ਭੇਤ ਹੀ ਨਹੀਂ, ਜਿਸ ਨੂੰ ਨਾ ਸੁਣਦਾ ਜਾਂ ਨਾ ਦੇਖਦਾ ਉਹਨੂੰ ਵੀ ਪਾਲੀ ਜਾਂਦਾ। ਉਹ ਮਾਲਕ ਨਿਰੰਕਾਰ ਹੀ ਜਿਹੜਾ ਨਿਆਸਰਾਂ ਦਾ ਆਸਰਾ ਹੈ, ਨਥਾਵਿਆਂ ਦਾ ਥਾਂ ਉਹ ਹੈ। ਜਦੀ ਪ੍ਰਥਾਏ ਪਾਤਸ਼ਾਹ ਕਹਿੰਦੇ ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਥਾਵੇਂ ਥਾਂ ਉਹ, ਦੇਖੋ ਕਿੰਨਾ ਬੇਅੰਤ ਹੈ। ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਂ ਕਾਨਾ, ਉਹ ਸਾਰਿਆਂ ਨੂੰ ਉਹ ਰਿਜਕ ਦੇ ਰਿਹਾ, ਸਾਰਿਆਂ ਨੂੰ ਉਹ ਸਾਹ ਦੇ ਰਿਹਾ, ਹਰੇਕ ਸਵਾਸ ਦੇ ਨਾਲ ਹੀ ਉਹ ਰਿਜਕ ਦੇਈ ਜਾਂਦਾ। ਇਹ ਰਿਜਕ ਆ, ਇਹ ਰਤਨ ਆ ਜਿਹੜਾ ਸਾਨੂੰ ਬਖਸ਼ਿਸ਼ ਕੀਤੇ ਜਾ ਰਹੇ ਨੇ ਸਾਡੇ ਸਵਾਸ। ਤੇ ਮਹਾਰਾਜ ਕਹਿੰਦੇ ਇੰਨਾ ਉਹ ਬੇਅੰਤ ਆ ਜਿੱਥੇ ਕੋਈ ਰਾਹ ਹੀ ਨਹੀਂ ਉੱਥੇ ਵੀ ਰਿਜਕ ਦਿੰਦਾ ਹੈ। ਜਿਹੜਾ ਆਪਾਂ ਦੇਖਦੇ ਹਾਂ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਕਾਬੇ ਅੱਗੇ ਕਰ ਧਰਿਆ, ਪੱਥਰਾਂ ਵਿੱਚ ਵੀ ਮਾਲਕ ਸਾਰਿਆਂ ਨੂੰ ਦੇਈ ਜਾਂਦਾ ਹੈ। ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਹਿੰਦੇ ਉਸ ਦਾ ਜਿਹੜਾ ਨਾਮ ਆ ਉਹ ਬੇਅੰਤ ਹੈ, ਅਗਾਧ ਹੈ। ਪਾਤਸ਼ਾਹ ਸਮਝਾਉਂਦੇ ਨੇ ਜਿਹੜਾ ਵੀ ਜੀਵ ਉਸ ਨਾਮ ਨਾਲ ਜੁੜ ਜਾਂਦਾ ਹੈ, ਉਹ ਸ਼ਬਦ ਦੀ ਆਰਾਧਨਾ ਕਰਦਾ ਹੈ, ਪਾਤਸ਼ਾਹ ਕਹਿੰਦੇ ਉਹਦੇ 'ਤੇ ਵੀ ਉਹ ਮਾਲਕ ਨਿਰੰਕਾਰ ਜਿਹੜਾ ਆ ਗੂੜਾ ਰੰਗ ਚੜਾ ਦਿੰਦਾ ਜਿਹੜਾ ਕਦੇ ਉਤਰਦਾ ਨਹੀਂ। ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ, ਜਿਹਨੂੰ ਉਹ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਸਮਝ ਲਓ ਉਹਦੇ ਚੰਗੇ ਕਰਮ ਨੇ, ਪੂਰਨ ਕਰਮ ਨੇ ਉਸਨੇ ਉਸਦੇ ਜਿਹਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਆ ਕਿਉਂਕਿ ਜੇ ਕੱਚੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਈਏ ਮੁਕਤ ਨਹੀਂ ਹੋ ਸਕਦੇ, ਕਿਉਂਕਿ ਉਹ ਆਪ ਮੁਕਤ ਨਹੀਂ। ਜਿਹੜਾ ਪਾਤਸ਼ਾਹ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਪਾਤਸ਼ਾਹ ਕਹਿੰਦੇ ਕੱਚੇ ਗੁਰ ਦੇ ਨਾਲ ਨਹੀਂ ਪੂਰਨ ਗੁਰੂ ਮਿਲ ਜੇ, ਤੇ ਪੂਰਨ ਗੁਰੂ ਦੀ ਪ੍ਰਾਪਤੀ ਨਾਲ ਹੀ ਮਾਲਕ ਦੀ ਪ੍ਰਾਪਤੀ ਹੁੰਦੀ ਆ। ਤੇ ਪਾਤਸ਼ਾਹ ਕਹਿੰਦੇ ਇਹ ਪੂਰਨ ਕਰਮ ਹੋਣ ਸਾਡੇ ਤੇ ਐਸਾ ਗੁਰਮੁਖ ਮਿਲਦੇ ਨੇ, ਐਸੇ ਗੁਰੂ ਦੀ ਸ਼ਰਨ ਵਿੱਚ ਅਸੀਂ ਜਾਂਦੇ ਹਾਂ ਜਿਹੜੇ ਸਾਨੂੰ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਾ ਦਿੰਦੇ ਨੇ।
ਜਿਸ ਬਿਨ ਘੜੀ ਨਾ ਜੀਵਿਆ ਭਾਈ ਸਰਬ ਕਲਾ ਭਰਪੂਰ ਐਸੀ ਮਨ ਦੀ ਸਾਡੀ ਹਾਲਤ ਹੋ ਜੇ ਵੀ ਉਹਦੇ ਤੋਂ ਇੱਕ ਘੜੀ ਵੀ ਨਾ ਜੀਵਿਆ ਜਾਏ ਉਹਦੇ ਬਿਨਾਂ, ਜਿਹੜਾ ਸਾਰੇ ਕਲਾ ਸਮਰੱਥ ਹੈ ਪੂਰਨ ਹੈ, ਜਿਹੜਾ ਐਸਾ ਸਾਡਾ ਪਿਤਾ ਹੈ ਨਿਰੰਕਾਰ ਬ੍ਰਹਮ ਹੈ। ਕਹਿੰਦੇ ਸਾਸ ਗ੍ਰਾਸ ਨਾ ਵਿਸਰੇ ਭਾਈ ਭੇਖੋ ਸਦਾ ਹਜ਼ੂਰ, ਵੀ ਮੈਨੂੰ ਸਵਾਸ ਗ੍ਰਾਸ ਉਹ ਵਿਸਰੇ ਨਾ, ਸਦਾ ਹੀ ਉਸ ਮਾਲਕ ਨਿਰੰਕਾਰ ਨੂੰ ਨੇੜੇ ਕਰਕੇ ਦੇਖਾਂ, ਸਦਾ ਹੀ ਉਸ ਮਾਲਕ ਨਿਰੰਕਾਰ ਨੂੰ ਉਹਦੇ ਸਨਮੁਖ ਰਹੀਏ, ਨੇੜੇ ਦੇਖੀਏ ਉਸਨੂੰ, ਇੱਕ ਖਿਨ ਪਲ ਵੀ ਸਾਨੂੰ ਵਿਸਰੇ ਨਾ। ਸਾਧੂ ਸੰਗ ਮਿਲਾਇਆ ਭਾਈ ਸਰਬ ਰਿਹਾ ਭਰਪੂਰ, ਮਾਲਕ ਨਿਰੰਕਾਰ ਨੇ ਕਿਰਪਾ ਕੀਤੀ ਹੈ ਜਿਹੜਾ ਸਾਨੂੰ ਪੂਰਨ ਸਾਧੂ ਦਾ ਸੰਗ ਬਖਸ਼ਿਸ਼ ਕਰ ਦਿੱਤਾ ਹੈ। ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਪੰਜਮ ਪਾਤਸ਼ਾਹ ਨੇ ਗਿਆਨ ਹੀ ਦਿੱਤਾ ਆਪਾਂ ਨੂੰ, ਕਿਉਂਕਿ ਸਾਧੂ ਜਨਾਂ ਦਾ ਸੰਗ ਕਰਦਿਆਂ ਹੋਇਆਂ ਸਾਧੂ ਜਨਾਂ ਸਾਨੂੰ ਇਹ ਮੰਤਰ ਦ੍ਰਿੜ ਕਰਾਉਣਾ ਆ ਜਿਹੜਾ ਪੰਜਮ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ। ਕਹਿੰਦੇ ਜਦੋਂ ਪੂਰਨ ਸਾਧੂ ਮਿਲ ਜਾਂਦਾ ਉਹ ਸਾਨੂੰ ਮੰਤਰ ਦ੍ਰਿੜ ਕਰਾਉਂਦਾ ਆ, ਉਹ ਸਾਨੂੰ ਸ਼ਬਦ ਦਾ ਅਭਿਆਸ ਕਰਾਉਂਦਾ ਆ। ਸ਼ਬਦ ਦਾ ਅਭਿਆਸ ਕਰਾਉਂਦਿਆਂ ਹੋਇਆਂ ਜਿੱਥੇ ਆਪ ਵੱਸਦਾ ਉੱਥੇ ਸਾਨੂੰ ਲੈ ਜਾਂਦਾ। ਕਿੱਥੇ ਸਾਧੂ ਵੱਸਦਾ? ਜਿਹਨੂੰ ਮਾਰੇ ਕਹਿੰਦੇ ਸੁਖ ਸ਼ਾਂਤ ਸਹਿਤ ਨੂੰ ਪੁਜੈ ਸਾਧੂ ਸੰਗ ਨਵਾਸਾ ਜੀ। ਸਾਧੂ ਜਨਾਂ ਦਾ ਸੰਗ ਕਰਦਿਆਂ ਹੋਇਆਂ ਉਹ ਵੀ ਮਾਲਕ ਨਿਰੰਕਾਰ ਦੀ ਕਿਰਪਾ ਨਾਲ ਮਿਲਦਾ ਆ। ਪੰਜਮ ਪਾਤਸ਼ਾਹ ਕਹਿੰਦੇ ਆ ਉਸ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ, ਸਾਨੂੰ ਸਾਧੂ ਦਾ ਸੰਗ ਮਿਲਾਇਆ, ਆਪ ਮਿਲਾ ਕੇ ਸਾਨੂੰ ਆਪਣਾ ਆਪ ਦਾ ਭੇਜ ਦਿੱਤਾ ਹੈ ਵੀ ਜਿਹੜਾ ਸਾਰੇ ਜਗ੍ਹਾ ਮੌਜੂਦ ਹੈ ਵਿਆਪਕ ਆ। ਜਿਹਨੂੰ ਪਾਤਸ਼ਾਹ ਕਹਿੰਦੇ ਸਾਧੂ ਸੰਗ ਮਿਲਾਇਆ ਭਾਈ ਸਰਬ ਰਿਹਾ ਭਰਪੂਰ, ਜਿੱਥੇ ਮਾਲਕ ਵੱਸਦਾ ਸਾਧੂ ਨੇ ਸਾਨੂੰ ਉਹ ਸੱਚ ਨਿਰੰਕਾਰ ਦਾ ਭੇਜ ਦੇ ਦਿੱਤਾ ਆ, ਜਿਹਦੇ ਨਾਲ ਸਾਡਾ ਕਈ ਯੁਗਾਂ ਦਾ ਵਿਛੋੜਾ ਪਿਆ ਹੋਇਆ ਸੀ। ਜਿਹਨੂੰ ਪਾਤਸ਼ਾਹ ਕਹਿੰਦੇ ਆ ਸਾਧ ਸੰਗ ਬਿਸ਼ਰਤ ਹਰ ਮੇਲਾ, ਜਿਹਨਾਂ ਪ੍ਰੀਤ ਨਾਲ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਝੂਰ, ਜਿਹਨਾਂ ਨੂੰ ਨਹੀਂ ਸੰਗਤ ਵਿੱਚ ਆ ਕੇ ਵੀ ਪਿਆਰ ਬਣਦਾ, ਨਹੀਂ ਤੜਫ ਬਣਦੀ, ਨਹੀਂ ਉਹਨਾਂ ਦਾ ਮਨ ਸ਼ਬਦ ਨਾਲ ਜੁੜਦਾ, ਨਹੀਂ ਉਹਨਾਂ ਦਾ ਮਨ ਉਸ ਮਾਲਕ ਨਿਰੰਕਾਰ ਦਾ ਭੇਤ ਲੈਂਦਾ, ਤੇ ਪਾਤਸ਼ਾਹ ਕਹਿੰਦੇ ਉਹ ਤਾਂ ਨਿਤ ਨਿਤ ਫਿਰ ਝੋਰੇ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਦੇ ਵਿੱਚ ਚਲੇ ਜਾਂਦੇ। ਅੰਚਲ ਲਾਏ ਤਰਾਇਆ ਭਾਈ ਭਉਜਲ ਦੁੱਖ ਸੰਸਾਰ, ਉਸ ਮਾਲਕ ਨਿਰੰਕਾਰ ਨੇ ਆਪ ਕਿਰਪਾ ਕਰਕੇ ਆਪ ਸਾਨੂੰ ਲੜ ਫੜਾ ਕੇ ਨਾਮ ਰੂਪੀ ਤੇ ਸਾਨੂੰ ਕਹਿੰਦੇ ਭਾਵ ਸਾਗਰ ਤੋਂ, ਜਿਹੜਾ ਇਹ ਸੰਸਾਰ ਸਾਗਰ ਹੈ ਇਹ ਭਾਵ ਜਲਿਆ ਵਿਚਾਰਾਂ ਦਾ, ਜਿਹੜਾ ਦੁੱਖ ਦਾ ਸਾਗਰ ਆ ਜਿੱਥੇ ਦੁੱਖੀ ਦੁੱਖ ਨੇ, ਇਹਦੇ ਵਿੱਚ ਸਾਨੂੰ ਆਪ ਉਸ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ ਆ, ਇਹ ਸ਼ਬਦ ਦਾ ਭੇਦ ਦੇ ਕੇ ਇਸ ਤੋਂ ਪਾਰ ਕੀਤਾ ਹੈ। ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੁਨ ਅੰਗ ਅਪਾਰ, ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਆਪਣੀ ਉਹਦੀ ਦਇਆ ਕਰਕੇ ਹੀ, ਆਪਣੀ ਉਹਦੀ ਕਿਰਪਾ ਕਰਕੇ ਹੀ ਅਸੀਂ ਉਸ ਮਾਲਕ ਨਿਰੰਕਾਰ ਦਾ ਸਾਨੂੰ ਭੇਤ ਆਉਂਦਾ ਆ। ਤੇ ਮਹਾਰਾਜ ਗੁਰਬਾਣੀ ਸਮਝਾਉਂਦੇ ਨੇ ਐਸਾ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਆਪਣੇ ਨਾਲ ਮਿਲਾਪ ਕਰਾ ਲਿਆ, ਸਾਡਾ ਸਾਡੇ ਤੇ ਕਿਰਪਾ ਕੀਤੀ, ਦਇਆ ਕੀਤੀ ਆ। ਉਹਦੀ ਦਇਆ ਨਾਲ ਹੀ ਅਸੀਂ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕੀਤਾ ਆ, ਉਹਨੂੰ ਅਸੀਂ ਜਿਹੜਾ ਉਹਦਾ ਸੁੱਖ ਮਹਿਸੂਸ ਕੀਤਾ ਆ, ਮਿਲਾਪ ਕਰਕੇ ਸਾਨੂੰ ਸੁੱਖ ਮਿਲਿਆ, ਆਨੰਦ ਮਿਲਿਆ। ਕਹਿੰਦੇ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ, ਮਨ ਵੀ ਤੇ ਤਨ ਵੀ ਸ਼ੀਤਲ ਹੋ ਗਿਆ। ਤੇ ਅਸੀਂ ਆਪਣੀ ਖੁਰਾਕ ਹੀ ਜਿਹੜੀ ਹੈ ਨਾ ਉਹ ਨਾਮ ਨੂੰ ਬਣਾ ਲਿਆ ਹੈ, ਆਧਾਰ ਬਣਾ ਲਿਆ ਹੈ। ਤੇ ਪਾਤਸ਼ਾਹ ਸਮਝਾਉਂਦੇ ਗੁਰਮੁਖ ਜਨ ਜਿਹੜੇ ਨੇ ਨਾ ਮਾਲਕ ਨਿਰੰਕਾਰ ਨਾਲ ਮਿਲਾਪ ਕਰਕੇ ਉਹਦੀ ਕਿਰਪਾ ਜਦੋਂ ਹੋ ਜਾਂਦੀ ਆ, ਮਿਲਾਪ ਕਰ ਲੈਂਦੇ ਨੇ ਤੇ ਆਪਣਾ ਜਿਹੜਾ ਭੋਜਨ ਹੀ ਬਣਾ ਲੈਂਦੇ ਨੇ। ਤਾਂ ਹੀ ਪਾਤਸ਼ਾਹ ਕਹਿੰਦੇ ਭਗਤਾਂ ਦੀ ਨਿਸ਼ਾਨੀ ਹੈ ਇਹ, ਗੁਰਮੁਖਾਂ ਦੀ ਨਿਸ਼ਾਨੀ ਹੈ ਜਿਹੜੇ ਜੀਵ ਭਗਤੀ ਦੇ ਮਾਰਗ ਤੇ ਚੱਲੇ ਨੇ। ਪਾਤਸ਼ਾਹ ਕਹਿੰਦੇ ਭਗਤਾਂ ਕਾ ਭੋਜਨ ਨਾਮ ਨਿਰੰਜਨ ਪਹਿਨਣ ਭਗਤ ਵਡਿਆਈ, ਇਹ ਵਡਿਆਈ ਜਿਹੜਾ ਆ ਇਹ ਪਹਿਰਾਵਾ ਜਿਹੜਾ ਆ ਉਹ ਨਾਮ ਦਾ ਹੀ ਪਹਿਣਦੇ ਨੇ, ਇਹ ਭੋਜਨ ਉਹ ਨਾਮ ਨੂੰ ਹੀ ਬਣਾਉਂਦੇ ਨੇ। ਤੇ ਪਾਤਸ਼ਾਹ ਕਹਿੰਦੇ ਸਤਿਗੁਰ ਦੀ ਕਿਰਪਾ ਦੇ ਨਾਲ ਨਾਨਕ ਤੇ ਸਰਨਾਗਤੀ ਪਾਈ ਜੇ ਕਿਰਵੇ ਕਾਟਨਹਾਰ, ਜਿਹੜਾ ਸਾਡੇ ਸਾਰੇ ਪਾਪ ਨੂੰ ਖਤਮ ਕਰਨ ਵਾਲਾ, ਜਿਹੜਾ ਸਾਡੇ ਸਾਰੇ ਗੁਣਾਂ ਨੂੰ ਖਤਮ ਕਰਨ ਵਾਲਾ, ਉਹਦੀ ਸ਼ਰਨ ਦੇ ਵਿੱਚ ਸਾਡਾ ਮਨ ਜਿਹੜਾ
आ गया आ ਉਹਦੀ ਅਸੀਂ ਪਨਾਹ ਲਈ ਆ ਜਿਨ੍ਹਾਂ ਜਿਹੜਾ ਸਾਰਾ ਹੀ ਸਮਰੱਥ ਹੈ ਸਾਡੇ ਸਾਰੇ ਔਗੁਣ ਖਤਮ ਕਰਨ ਵਾਲਾ ਪਾਪ ਖਤਮ ਕਰਨ ਵਾਲਾ ਐਸਾ ਨਿਰਗੁਣਾਂ ਨੂੰ ਨਿਰਗੁਣਿਆਰਾਂ ਨੂੰ ਪਾਲਣ ਵਾਲਾ ਮਾਰੇ ਕਿਰਪਾ ਕਰਦੇ ਨੇ ਅਸੀਂ ਵੀ ਇਹ ਮਾਨਸ ਜਨਮ ਜਿਹੜਾ ਸਾਨੂੰ ਪ੍ਰਾਪਤ ਹੋਇਆ ਉਸ ਨੂੰ ਮਿਲਣ ਵਾਸਤੇ ਹੀ ਪ੍ਰਾਪਤ ਹੋਇਆ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ ਜਿਹੜਾ ਇਹ ਗਿਆਨ ਸਾਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਅੱਜ ਬਖਸ਼ਿਸ਼ ਕੀਤਾ ਆ ਤੇ ਇਹ ਜੋ ਆਪਾਂ ਨੂੰ ਐਸੇ ਸਾਧੂ ਜਨਾਂ ਦਾ ਸੰਗ ਪ੍ਰਾਪਤ ਉਸ ਮਾਲਕ ਨਿਰੰਕਾਰ ਨੇ ਕਰਾਇਆ ਆ ਐਸੇ ਸਾਧੂ ਜਨਾਂ ਨਾਲ ਸਾਨੂੰ ਮਿਲਾਇਆ ਆ ਜਿਨ੍ਹਾਂ ਨੇ ਗੁਰਬਾਣੀ ਗੁਰੂ ਦਾ ਗਿਆਨ ਆਪਾਂ ਨੂੰ ਬਖਸ਼ਿਸ਼ ਕੀਤਾ ਆ ਉਹ ਪ੍ਰੈਕਟੀਕਲੀ ਜੋ ਭਗਤਾਂ ਦਾ ਗੁਰੂ ਸਾਹਿਬਾਨਾਂ ਦਾ ਜੀਵਨ ਅਤੇ ਆਪਾਂ ਨੂੰ ਵੀ ਦੱਸਿਆ ਤੁਸੀਂ ਕਿਵੇਂ ਪ੍ਰੈਕਟੀਕਲ ਕਰਕੇ ਇਹ ਸੁੱਖ ਲੈਣਾ ਆਨੰਦ ਲੈਣਾ ਸ਼ਬਦ ਦਾ ਭੇਤ ਲੈਣਾ ਨਿੱਜ ਘਰ ਦਾ ਸੁੱਖ ਲੈਣਾ ਅਤੇ ਮਾਲਕ ਨਿਰੰਕਾਰ ਜਿਹੜਾ ਤੁਹਾਡੇ ਅੰਦਰ ਵੀ ਵੱਸਦਿਆ ਬਾਹਰ ਵੀ ਤੁਹਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਉਹਦਾ ਨਾਲ ਕਿਵੇਂ ਤੁਸੀਂ ਇੱਕ ਮਿੱਕ ਹੋਣਾ ਆ ਇਹ ਜੋ ਪੂਰਨ ਗਿਆਨ ਸਤਿਗੁਰ ਦੀ ਬਾਣੀ ਦਾ ਮਹਾਂਪੁਰਖਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਉਹਨਾਂ ਬਖਸ਼ਿਸ਼ ਕੀਤਾ ਆਪਾਂ ਇਹ ਗਿਆਨ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਜੀਵਨ ਦਾ ਲਾਹਾ ਲੈਣਾ ਸੋ ਗੁਰਮੁਖੋ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਬਖਸ਼ਣ ਜੋਗਾਂ ਨੂੰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ